ਸਾਡਾ ਬ੍ਰਾਂਡ ਹੈ ਬਾਈ ਬੱਬੂ ਕਾ। ਠੀਕ ਹੈ ਜੀ, ਤਾਂ ਫਿਰ ਵੀ ਜੇ ਕਿਸੇ ਨੂੰ ਗਲਤ ਫਹਿਮੀ ਹੋ ਗਈ ਤਾਂ ਉਹਦੇ ਲਈ ਮਾਫੀ ਚਾਹਾਂਗੀ ਮੈਂ। ਤੇ ਤੀਜੀ ਗੱਲ ਕਿ ਤੁਸੀਂ ਉਹ ਵੀਡੀਓ ਵਾਇਰਲ ਕਰਦੀ ਤੇ ਚੰਗੀ ਨੂੰ ਵੀ ਸਾਰਿਆਂ ਦੇ ਹੱਥ ਪਹੁੰਚਾਓਗੇ, ਤੇ ਵੀ ਅਫਸਾਨਾ ਨੇ ਮਾਫੀ ਮੰਗੀ, ਮੈਂ ਮੰਗ ਕਿਸੇ ਸਿਰੋਂ ਹੋਏ ਨਾ ਮਸ਼ਹੂਰ ਬਲੀਏ, ਭਾਵੇਂ ਸਾਡੇ ਸਿਰੋਂ ਹੋ ਗਿਆ ਹਜ਼ਾਰ ਨੀ। ਆ ਮਰਦਾਂ ਦਾ ਟੋਲਾ ਕਰੇ ਫੋਲੋ ਜੱਟ ਨੂੰ ਤੇ ਤੱਤੇ ਲੱਗਦੇ ਨੇ ਕਈਆਂ ਨੂੰ ਵਿਚਾਰਨੀ। ਲੱਭੇ ਨਾ ਕਨਸੈਪਟ ਕੋਈ ਹਾਸਾ ਪਾਉਣ ਨੂੰ, ਲੱਭੇ ਨਾ ਕਨਸੈਪਟ ਕੋਈ ਹਾਸਾ ਪਾਉਣ ਨੂੰ ਤੇ ਖੂੰਜੇ ਲਾਤੇ ਨੇ ਕਮੇਡੀ ਤੇ ਨਚਾਰਨੀ। ਆ ਜਿੱਦਣ ਦਾ ਜੱਟ ਨੇ ਗੋਦਾਮ ਖੋਲਿਆ ਬੰਦ ਉਦਣ ਤੋਂ ਕਈਆਂ ਦੀ ਦੁਕਾਨ ਨੀ। ਦੋਸਤੋ, ਕੀ ਫੀਮੇਲ ਗਾਇਕਾ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਨਾਲ ਅਨਫਕਵੀਡੇਬਲ ਗਾਣੇ ਦੀ ਰਿਲੀਜ਼ ਤੋਂ ਬਾਅਦ ਉਸਤਾਦ ਗਾਇਕ ਦੇ ਫੈਨਾਂ ਨੂੰ ਇੱਕ ਵਾਰ ਫਿਰ ਤੋਂ ਜਵਾਬ ਦਿੱਤੇ ਹਨ ਅਤੇ ਸਭ ਤੋਂ ਵੱਡੀ ਅਖਬਾਰ ਵੱਲੋਂ ਵੀ ਮੂਸਟੇਪ ਐਲਬਮ ਦੀ ਪ੍ਰਸ਼ੰਸਾ ਕੀਤੀ ਗਈ? ਪੂਰੀ ਖਬਰ ਇੱਥੇ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਦੀ ਐਲਬਮ ਅਤੇ ਗਾਣੇ ਦੀ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਰਿਲੀਜ਼ ਹੋਏ ਗਾਣੇ ਅਨਫਕਵੀਡੇਬਲ ਤੋਂ ਬਾਅਦ ਵੱਡਾ ਵਿਵਾਦ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਿਹਾ ਹੈ, ਜੋ ਕਿ ਵਿਰੋਧੀਆਂ ਵੱਲੋਂ ਲਗਾਤਾਰ ਛੇੜਿਆ ਜਾ ਰਿਹਾ ਹੈ। ਇਸ ਗਾਣੇ ਵਿੱਚ ਸਿੱਧੂ ਵੱਲੋਂ ਹਰ ਵਾਰ ਦੀ ਤਰ੍ਹਾਂ ਆਪਣੇ ਵਿਰੋਧੀਆਂ ਨੂੰ ਜਵਾਬ ਦਿੱਤੇ ਗਏ ਹਨ ਤੇ ਕਈ ਗਾਇਕਾਂ ਬਾਰੇ ਇਸ ਵਿੱਚ ਅਨੁਮਾਨ ਲਗਾਏ ਜਾ ਰਹੇ ਹਨ ਕਿ ਉਹਨਾਂ ਨੂੰ ਵੀ ਇਹ ਜਵਾਬ ਦਿੱਤੇ ਗਏ ਹਨ। ਫੀਮੇਲ ਗਾਇਕਾ ਅਫਸਾਨਾ ਖਾਨ, ਜਿਨ੍ਹਾਂ ਨੇ ਸਿੱਧੂ ਨਾਲ ਇਹ ਗਾਣਾ ਗਾਇਆ ਹੈ, ਉਹਨਾਂ ਕਰਕੇ ਵੀ ਵਿਵਾਦ ਹੋਰ ਵੀ ਜ਼ਿਆਦਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ ਤੇ ਕਈ ਤਰ੍ਹਾਂ ਦੀਆਂ ਖਬਰਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਕਿਹਾ ਜਾ ਰਿਹਾ ਕਿ ਜਿਹੜੀਆਂ ਲਾਈਨਾਂ ਅਫਸਾਨਾ ਵੱਲੋਂ ਇਸ ਗਾਣੇ ਵਿੱਚ ਗਾਈਆਂ ਗਈਆਂ ਹਨ, ਉਹਨਾਂ ਵਿੱਚ ਉਸਤਾਦ ਗਾਇਕ ਨੂੰ ਵੀ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ, ਜੋ ਕਿ ਲੰਬੇ ਵਾਲਾਂ ਵਾਲੀ ਲਾਈਨ ਹੈ। ਇਸੇ ਦੇ ਸੰਬੰਧ ਵਿੱਚ ਅਫਸਾਨਾ ਖਾਨ ਦੀ 2 ਸਾਲ ਪੁਰਾਣੀ ਵੀਡੀਓ ਵੀ ਵਾਇਰਲ ਕੀਤੀ ਗਈ, ਜਿਸ ਵਿੱਚ ਉਹ ਉਸਤਾਦ ਗਾਇਕ ਤੋਂ ਮਾਫੀ ਮੰਗਦੇ ਹੋਏ ਵੀ ਦਿਖਾਈ ਦਿੱਤੇ ਹਨ ਅਤੇ ਹੁਣ ਅਫਸਾਨਾ ਖਾਨ ਵੱਲੋਂ ਆਪਣੀ ਸੋਸ਼ਲ ਮੀਡੀਆ ਤੇ ਲਿਖ ਕੇ ਵਿਰੋਧੀਆਂ ਨੂੰ ਦੁਬਾਰਾ ਜਵਾਬ ਦਿੱਤਾ ਹੈ, ਜਿਸ ਵਿੱਚ ਅਫਸਾਨਾ ਖਾਨ ਲਿਖਦੇ ਹਨ ਕਿ ਮੇਰੀ ਕੋਈ ਔਕਾਤ ਨਹੀਂ ਮੈਂ ਉਹਨਾਂ ਨੂੰ ਬੋਲਾਂ, ਅਸੀਂ ਸਾਡਾ ਬਾਪ ਆ, ਸਾਡਾ ਬ੍ਰਾਂਡ ਆ ਬਾਈ ਬੱਬੂ ਕਾ। ਠੀਕ ਹੈ ਜੀ, ਤਾਂ ਫਿਰ ਵੀ ਜੇ ਕਿਸੇ ਨੂੰ ਗਲਤ ਫਹਿਮੀ ਹੋ ਗਈ ਤਾਂ ਉਹਦੇ ਲਈ ਮਾਫੀ ਚਾਹਾਂਗੀ ਮੈਂ। ਤੇ ਤੀਜੀ ਗੱਲ ਕਿ ਤੁਹਾਡਾ ਬਾਪ ਆ, ਸਾਡਾ ਬ੍ਰਾਂਡ ਆ ਬਾਈ ਬੱਬੂ ਕਾ। ਠੀਕ ਹੈ ਜੀ, ਤਾਂ ਫਿਰ ਵੀ ਜੇ ਕਿਸੇ ਨੂੰ ਗਲਤ ਫਹਿਮੀ ਹੋ ਗਈ ਤਾਂ ਉਹਦੇ ਲਈ ਮਾਫੀ ਚਾਹਾਂਗੀ ਮੈਂ। ਜੁੰਡੇ ਜੇ ਖਿਲਾੜੀ ਕਈ ਫਿਰਦੇ ਮੈਂਟਲੀ ਹਾਲਾਤੇ ਸਿੱਧੂ ਆ, ਉਹ ਪਿੱਤੇ ਦੇ ਵਿੱਚ ਜਾਨ ਨਹੀਂ ਹੈਗੀ, ਵਹਿਮ ਪਾਲਦੇ ਫਿਰਦੇ ਆ, ਕਹਿੰਦੇ ਕਿਸੇ ਤੇ ਰੱਖ ਚਲਾਉਣੀ, ਮੋਢੇ ਪਾਲਦੇ ਫਿਰਦੇ ਆ, ਪਿੱਠ ਤੇ ਬੋਲ ਕੇ ਗੱਲ ਨਹੀਂ ਬਣਨੀ, ਐ ਦਬਣਾ ਨਹੀਂ ਦਬਾਉਣੇ ਤੇ ਥਾਪੀਆਂ ਮਾਰਦਾ ਫਿਰਦਾ ਬਗਾਨਾ, ਹਿੱਕ ਵਿੱਚ ਵੱਜੂ ਪ੍ਰਾਹੁਣੇ ਦੀ। ਇਸੇ ਨੂੰ ਲੈ ਕੇ ਦੁਬਾਰਾ ਕਿਹਾ ਜਾ ਰਿਹਾ ਕਿ ਅਫਸਾਨਾ ਨੇ ਫਿਰ ਉਸਤਾਦ ਦੇ ਫੈਨਾਂ ਨੂੰ ਜਵਾਬ ਦਿੱਤੇ ਹਨ, ਹਾਲਾਂਕਿ ਨਾਮ ਕਿਸੇ ਦਾ ਵੀ ਉਹਨਾਂ ਨੇ ਨਹੀਂ ਲਿਆ। ਘਮਾ ਦੇਵੇ ਗੇਮ ਗੱਭਰੂ ਨੂੰ ਹੁਕਮ ਦਾ ਯੱਕਾ ਕਹਿੰਦੇ ਆ, ਬੰਨ ਬੰਨ ਅੱਖਾਂ ਮਰਦਾ ਨਿਸ਼ਾਨੇ ਨਿਸ਼ਾਨ ਚੀ ਪੱਕਾ ਕਹਿੰਦੇ ਆ, ਹੁਣ ਭੋਰਨੇ ਆ ਦੰਦ ਵੈਰੀਆਂ ਦੇ ਲੱਗੀ ਫੁੱਟ ਦੀ ਜ਼ਬਾਨ ਆ, ਫਿਕਰ ਪਿਆ ਹਨੇਰੀਆਂ ਨੂੰ ਵੇਖ ਆਉਂਦਾ ਚੜਿਆ ਤੂਫਾਨ ਆ, ਹੁਣ ਖੁੱਲ ਗਿਆ ਸਣ ਪਾਊਗਾ ਖਿਲਾਰੇ ਕਹਿੰਦੀ ਉੱਡੀ ਉੱਡੀ, ਮੈਂ ਵੀ ਸੁਣੀ ਇੱਕ ਗੱਲ ਟ੍ਰਿਬਿਊਨ ਵੱਲੋਂ ਸਿੱਧੂ ਦੀ ਮੂਸਟੇਪ ਐਲਬਮ ਅਤੇ ਮਿਊਜ਼ਿਕ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਗਈ ਹੈ। ਟ੍ਰਿਬਿਊਨ ਪੇਪਰ ਵਿੱਚ ਲਿਖਿਆ ਗਿਆ ਕਿ ਸਿੱਧੂ ਮੂਸੇਵਾਲੇ ਦੇ ਮਿਊਜ਼ਿਕ ਦੀ ਰੇਂਜ ਰੋਵਰ ਗੱਡੀ ਨਾਲੋਂ ਵੀ ਕਿਤੇ ਜ਼ਿਆਦਾ ਦਿਖਾਈ ਦਿੰਦੀ ਹੈ, ਹਾਲਾਂਕਿ ਅਸੀਂ ਗੱਡੀਆਂ ਨਾਲ ਇਸਦਾ ਮੁਕਾਬਲਾ ਨਹੀਂ ਕਰਨਾ ਚਾਹੁੰਦੇ। ਸਿੱਧੂ ਦੀ ਐਲਬਮ ਮੂਸਟੇਪ ਦੇ ਟ੍ਰੇਲਰ ਨੇ ਇੱਕ ਹਫ਼ਤੇ ਵਿੱਚ 50 ਲੱਖ ਤੋਂ ਵੀ ਜ਼ਿਆਦਾ ਔਰਗੈਨਿਕ ਵਿਊਜ਼ ਹੋਏ ਤੇ ਹਰ ਇੱਕ ਦਿਨ ਤੋਂ ਬਾਅਦ ਸਿੱਧੂ ਨਵਾਂ ਗਾਣਾ ਰਿਲੀਜ਼ ਕਰਦੇ ਜਾ ਰਹੇ ਹਨ। 30 ਗਾਣਿਆਂ ਦੀ ਇਸ ਐਲਬਮ ਨੂੰ ਪੂਰੀ ਤਰ੍ਹਾਂ ਰਿਲੀਜ਼ ਕਰਨ ਲਈ 2 ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਜਾਵੇਗਾ, ਜੋ ਕਿ ਅੱਜ ਦੇ ਸਮੇਂ ਵਿੱਚ ਕਿਸੇ ਵੀ ਪੰਜਾਬੀ ਕਲਾਕਾਰ ਵੱਲੋਂ ਨਹੀਂ ਦੇਖਿਆ ਜਾ ਰਿਹਾ। ਇਸ ਵਿੱਚ ਸਿੱਧੂ ਦੇ ਨਾਲ ਵੱਡੀਆਂ ਇੰਡਸਟਰੀਜ਼ ਦੇ ਕਲਾਕਾਰ ਜਿਵੇਂ ਕਿ ਬੋਹੀਮੀਆ, ਟੋਨਵੇਨ, ਮੋਰਿਸਨ, ਡਿਵਾਈਨ, ਰਾਜਾ ਕੁਮਾਰੀ, ਬਲੌਕ ਬੋਇਟ ਵਿੱਚ ਤੇ ਹੋਰ ਵੀ ਬਹੁਤ ਸਾਰੇ ਵੱਡੇ ਆਰਟਿਸਟ ਮੌਜੂਦ ਹਨ। ਇੱਥੇ ਇਸ ਵੱਡੇ ਨਿਊਜ਼ ਪੇਪਰ ਵੱਲੋਂ ਇੰਨੀਆਂ ਵੱਡੀਆਂ ਗੱਲਾਂ ਲਿਖਣਾ ਸਾਫ਼ ਦਰਸਾਉਂਦਾ ਹੈ ਕਿ ਕਿਤਨਾ ਕਿਤੇ ਸਿੱਧੂ ਨੇ ਮੂਸਟੇਪ ਐਲਬਮ ਰਿਲੀਜ਼ ਕਰਦੇ ਸਭ ਨੂੰ ਦਿਖਾ ਦਿੱਤਾ ਕਿ ਉਹ ਇਸ ਵਾਰ ਸਾਰੇ ਰਿਕਾਰਡ ਤੋੜ ਸਕਦੇ ਹਨ। ਤੇ ਦੋਸਤੋ, ਇੱਥੇ ਤੁਹਾਨੂੰ ਕੀ ਲੱਗਦਾ ਕਿ ਮੂਸਟੇਪ ਐਲਬਮ ਦਾ ਕਿਹੜਾ ਗਾਣਾ ਸਭ ਤੋਂ ਵੱਡਾ ਸੁਪਰਹਿਟ ਸਾਬਤ ਹੋ ਪਾਵੇਗਾ? ਇਸ ਬਾਰੇ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।